खराब से सारे कणक जिहड़ी गरीबां नूं वंडी जाणी सी। आ कणक दा हाल देख लो जी की है इह जी, कणक गरीब खा के मरूगा नहीं तां होर की करूगा। ते जदों कणक वंडे गई उस तों बाद लोकां दे वल्लों जम के हंगामा कीता गया कि एमसी दे वल्लों जानबूझ के खराब कणक आ जिहड़ी उह गरीबां नूं वंडी गई आ, जानबूझ के साडी सेहत दे नाल खिलवाड़ कीता जा रिहा। पंजाब सरकार मुर्दाबाद, मोदी नूं वोटां पा गया, देखो की मिलदे इहनां नूं। बरनाला दे सरकारी डिपू च उस वेले बवाल हो गया जदों 3 महीनियां बाद राशन दे विच कणक पहुंची पर उस कणक नूं कीड़ा लग्या होया सी। खराब सी सारी कणक जिहड़ी गरीबां नूं वंडी जाणी सी। ते जदों कणक वंडी गई उस तों बाद लोकां दे वल्लों जम के हंगामा कीता गया। लोकां दे वल्लों इल्जाम लगाया गया कि जाण बुझ के उन्हां दी सेहत दे नाल खिलवाड़ कीता जा रहा। एमसी ते इल्जाम लगाए गए ने कि एमसी दे वल्लों जाण बुझ के खराब कणक आ जिहड़ी उह गरीबां नूं वंडी गई आ। की कहना लोकां दा, आओ तुहानूं सुणाउंदे हां। दे रहे ने तुसी देखो, बिल्कुल ही सुसरी वाली सुंडी वाली बिल्कुल ही बेकार कणक है जिहड़ी ये फ्री वाली कणक दे रहे ने। इही जी कणक लैके दसो असी अपने बच्चों नूं खवाइए की करिए। बीमारी तो पहले ही फैल रही है, काम कार बिल्कुल सब बंद होए पए ने। साडे कोल 5 परिवार मैंबरां दी कणक है, वह सानू दे रहे ने। देखो साडे डिपू वाले की कही जी कणक है, असी इही जी कणक दा दसो असी की करिए। मना करो कोई एमसी दे, असीं घरे गए सी, एमसी आया भी नहीं हैगा, उन्होंने बार भी नहीं खोले, उपरों कोई अंदरों ही नहीं आया हैगा। की मांग कर लो कि सानू वधिया तो वधिया काम दिता जाए, तो सानू इह कणक नहीं चाहिए, सानू काम ही वधिया इहो जिहा दिते जाण कि असी अपनी रोजी रोटी कमा के तो खा सकीए। 40 किलो कणक मिली है जी, कणक का आटा बनिया पिया, बिल्कुल खराब है जी कणक। साडी वार्ड दा एमसी हैगा मक्खन शर्मा, खराब कणक दी। 6 परिवार दी कणक कणक है, ठीक है, कणक सानू माड़ी दे रहे ने, कहिंदे इह जी मिलूगे। मैं कहा इह जी असी छिटना थोड़े डंगरां नूं, असी खाण वास्ते लैके जाणा, कहिंदे बीमारी करोना दी है, ਇਹ ਤਾਂ ਪਹਿਲੇ ਵੀ ਬਿਮਾਰੀ ਲੱਗੂਗੀ ਸਾਨੂੰ ਇਹੋ ਜਿਹੇ ਕਣਕ ਖਾਵਾਂਗੇ ਤਾਂ। ਅਸੀਂ ਪਹਿਲਾਂ ਤਾਂ ਮਿਲੀ ਸੀ ਵਧੀਆ ਕਣਕ ਮਿਲੀ ਸੀ, ਹਾਂ ਹੁਣ ਮਾੜੀ ਆਈ ਹੈ। ਦੂਜੇ ਪਾਸੇ ਡਿਪੂ ਹੋਲਡਰ ਬਲਵੀਰ ਦਾਸ ਦਾ ਵੀ ਕਹਿਣਾ ਹੈ ਕਿ 98 ਕੁਇੰਟਲ ਕਣਕ ਆਈ ਸੀ ਜਿਹਦੇ ਵਿੱਚੋਂ 12 ਕੁਇੰਟਲ ਆ ਜਿਹੜੀ ਲੋਕਾਂ ਨੂੰ ਵੰਡੀ ਗਈ ਸੀ, ਪਰ ਖਰਾਬ ਹੋਣ ਦੇ ਕਾਰਨ, ਕਿਉਂਕਿ ਉਹ ਹੁਕਮ ਦਾ ਬੱਜਿਆ ਹੋਇਆ, ਉਸਨੂੰ ਵੰਡਣੀ ਪਈ, ਜਦਕਿ ਉਹ ਆਪ ਲੋਕਾਂ ਨੂੰ ਕਹਿ ਰਿਹਾ ਸੀ ਕਿ ਇਸ ਦੀ ਵੀਡੀਓ ਬਣਾਈ ਜਾਵੇ, ਉੱਪਰਲੇ ਅਧਿਕਾਰੀਆਂ ਦੇ ਤੱਕ ਭੇਜੀ ਜਾਵੇ। ਅਤੇ ਉਸਦਾ ਕਹਿਣਾ ਹੈ ਕਿ ਜਾਣ ਬੁੱਝ ਕੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਖਰਾਬ ਕਣਕ ਵੰਡੀ ਜਾ ਰਹੀ ਆ, ਉਹਨਾਂ ਦੀ ਸਿਹਤ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ, ਜਦਕਿ ਉਹਦੀ ਮਜਬੂਰੀ ਆ, ਉਹਨੂੰ ਇਹ ਕਣਕ ਦੇਣੀ ਪੈ ਰਹੀ ਆ। ਤੁਹਾਨੂੰ ਸੁਣਾਉਂਦੇ ਹਾਂ ਕੀ ਕਹਿਣਾ ਬਲਵੀਰ ਦਾਸ ਦਾ। ਸਾਡੇ ਕੋਲ 98 ਕੁਇੰਟਲ ਕਣਕ ਆਈ ਹੈ ਜੀ, ਅਤੇ ਫ੍ਰੀ ਵਾਲੀ ਕਣਕ ਹੈ ਇਹ। ਸਾਡੇ ਕੋਲ ਤਾਂ ਜੇਈ ਟਰਾਲੀ ਭੇਜਤੀ, ਮਤਲਬ ਲੋਕਾਂ ਨੂੰ ਪਹਿਲਾਂ ਵੀ ਕਿਹਾ ਸੀ ਵੀ ਆਹ ਫੋਟੋ ਬਣਾਓ ਇਹਦੀ, ਵੀ ਮੂਵੀ ਬਣਾਓ, ਵੀ ਕਣਕ ਮਾੜੀ ਹੈ, ਲੋਕਾਂ ਨੇ ਨਹੀਂ ਬਣਾਈ, ਠੀਕ ਹੈ ਨਾ। ਹੁਣ ਜਦੋਂ ਅੰਦਰ ਕਣਕ ਲੈ ਗਈ ਅਤੇ ਅਸੀਂ ਕਣਕ ਵੰਡਣ ਲੱਗੇ, ਉਹ ਕਣਕ ਦੇਖ ਰਹੇ ਮਾੜੀ ਹੈ, ਲੋਕਾਂ ਨੇ ਦਿਖਾਈ ਵੀ ਆਪਾਂ ਇਹ ਅਸੀਂ ਮੂਵੀ ਬਣਾਓ, ਜਿਹਨੂੰ ਮਰਜ਼ੀ ਭੇਜੋ, ਸਾਨੂੰ ਕੋਈ ਮਤਲਬ ਨਹੀਂ, ਵੀ ਆਹ ਮਾਰਕਾ ਲੱਗਿਆ ਹੋਇਆ ਵੀ ਪੰਜਾਬ ਸਰਕਾਰ ਤੁਹਾਡੇ ਸਾਹਮਣੇ ਟਰਾਲੀ ਲਿਖੀ ਹੈ, ਅਸੀਂ ਤੁਹਾਡੇ ਪਹਿਲਾਂ ਪਰਚੀਆਂ ਕੱਢਤੀਆਂ, ਹੁਣ ਤੁਹਾਨੂੰ ਕਣਕ ਦੇ ਰਹੇ ਹਾਂ ਅਸੀਂ। ਚੰਗੀ ਹੈ ਜੇ ਮਾੜੀ ਹੈ, ਇਹ ਗੌਰਮੈਂਟ ਨੇ ਭੇਜੀ ਹੈ, ਐਸ ਐਸ ਜੇ ਈ ਹੈਗੀ ਬਣਤੀ। ਇਹ ਸਾਡੇ ਕੋਲ ਜੀ ਆਪਣਾ ਜਿੰਨੇ ਵੀ ਕਾਰਡ ਟੋਟਲ ਲੱਗੇ ਹੋਏ ਨੇ, ਆਪਣਾ ਤਕਰੀਬਨ ਲੈ ਕੇ ਹੋਣਗੇ ਜੀ 10-12 ਕੁਇੰਟਲ ਤਾਂ ਵੰਡੀ ਗਈ, ਆਪਣੇ ਕੋਲ 98 ਕੁਇੰਟਲ ਟੋਟਲ ਆਈ ਸੀ ਜੀ। ਆ ਚੁੱਕੇ ਨੂੰ ਜਾਂ ਵਾਪਸ ਚੱਕ ਕੇ ਲੈ ਜਾਣ, ਅਤੇ ਜੇ ਲੋਕਾਂ ਦੀ ਕੋਈ ਹੁਣ ਲੋਕ ਵਿੱਚ ਇਹ ਵੀ ਕਹਿ ਰਹੇ ਨੇ ਵੀ ਸਾਡੇ ਕੋਲ ਤਾਂ ਜਿਹੋ ਜਿਹੀ ਹੈਗੀ ਹੈ ਪਾ ਦਿਓ, ਵੀ ਲੋਕ ਤਾਂ ਜਿਹੜੀ ਕਹਿ ਰਹੇ ਨੇ ਜੀ ਪਾ ਦਿਓ, ਅਸੀਂ ਕਹਿੰਦੇ ਵਾਪਸ ਲੈ ਜਾਓ। ਮੈਂ ਤਾਂ ਵੰਡਣਾ ਚਾਹੁੰਦਾ ਨਹੀਂ ਜੀ ਕਣਕ, ਮੈਂ ਨਹੀਂ। ਇੰਸਪੈਕਟਰ ਨੂੰ ਕਿਹਾ ਸੀ ਵੀ ਕਣਕ ਮਾੜੀ ਹੈ, ਬਾਰਦਾਨਾ ਨਾ ਮਾੜਾ, ਕਣਕ ਸਾਰੀ ਸੜਕ 'ਤੇ ਖਿਣੀ ਪਈ ਹੈ, ਦੇਖੋ ਨਿਗਾਹ ਮਾਰੋ, ਇਹ ਸਾਡਾ ਨੁਕਸਾਨ ਹੋ ਰਿਹਾ ਹੈਗਾ, ਜੋ ਕਣਕ ਡੁੱਲੀ ਹੈ ਕਰੀ ਹੈ ਉਹ ਸਾਡਾ ਘਾਟਾ ਪੈ ਰਿਹਾ, ਵੀ ਸਾਨੂੰ ਕਮਿਸ਼ਨ ਦਾ ਜਿਹੜਾ ਮਿਲਣਾ ਮਿਲਣਾ ਬਾਅਦ 'ਚ, ਪਿਛਲਾ ਕਮਿਸ਼ਨ ਵੀ ਸਾਨੂੰ ਮਿਲਿਆ ਨਹੀਂ ਹਾਲ ਤੱਕ, ਵੀ ਆਹ ਕਮਿਸ਼ਨ ਸਾਨੂੰ ਪਤਾ ਨਹੀਂ ਕਦੋਂ ਆਊਗਾ, ਇਹ ਤਾਂ ਲੱਗ ਹੀ ਰਿਹਾ ਜੀ ਸਾਨੂੰ। ਆਪਾਂ ਦੇਖ ਕੇ ਪਤਾ ਲੱਗ ਰਿਹਾ ਜੀ ਕਣਕ ਮਾੜੀ ਹੈ, ਵੀ ਪੂਰੀ ਖਿਲਵਾੜ ਹੋ ਰਹੀ ਹੈ। ਦੂਜੇ ਪਾਸੇ ਜ਼ਿਲ੍ਹੇ ਦੇ ਫੂਡ ਸਪਲਾਈ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੀ ਕਣਕ ਖਰਾਬ ਨਹੀਂ ਹੈ, ਲੋਕ ਐਵੇਂ ਹੰਗਾਮਾ ਕਰ ਰਹੇ ਨੇ, ਜਿੰਨੀ ਖਰਾਬ ਹੈ ਉਨੀ ਅਸੀਂ ਵਾਪਸ ਭੇਜ ਰਹੇ ਹਾਂ, ਕਣਕ ਦੀ ਹਾਲਤ ਠੀਕ ਹੈ। ਤੁਹਾਨੂੰ ਸੁਣਾਉਂਦੇ ਹਾਂ ਕੀ ਕਹਿਣਾ ਅਧਿਕਾਰੀਆਂ ਦਾ। ਵੈਸੇ ਤਾਂ ਸਾਡੇ ਕੋਈ ਐਵੇਂ ਮਾੜੀ ਨਹੀਂ, ਕੋਈ ਇੱਕ ਅੱਧੇ ਘੱਟਾ ਕੋਈ ਹੋ ਸਕਦਾ,
तो वो असी हूँ ही मैं मतलब कंसर्न इन AFSO तो इंस्पैक्टर कहता भी अगर कोई भी आना वंड बंद कर दो तो वो दी मतलब चेंज कर लो। नहीं मतलब ये जो सैंपल लैके आए ये ठीक है थोड़े मोटे आप कोई एडी ज़्यादा माड़ी नहीं लग रही हैगी जिस रही है सानू चाहे तुम उधर कैमरा करके देख दिखा सकते हो तो पर फिर भी असी उन्होंने बंद कराती उन्होंने ये कहता भी जेडे कोई बैग कोई खराब आ कोई भी आ एक आ दो आ चार आ दस आ जिन्हें बैग्स वो साइड पर कर लो उन्होंने नहीं वंडना तो वह चेंज करके लै जूगा। नहीं वो मतलब असी पूछ लें कोई जे कि यही जी गल आ तो असी बदल के जिम्मेवार होवे। पर लोगों का गुस्सा है जो सत्तवें आसमान से है लोग लगातार लोगों के वलों नारेबाजी की जा रही है MC के खिलाफ नारेबाजी की जा रही है पंजाब सरकार के खिलाफ नारेबाजी की जा रही है तो यह कहा जा रहा कि जान बुझ के साड़ी सेहत के नाल खिलवाड़ किया जा रहा लोगों का कहना है कि पहला कोरोना के नाते उन्होंने पाबंदियां मड़िया गई उन्होंने रुजगार खोए गए तो हूँ उन्होंने सेहत के नाल खिलवाड़ किया जा रहा। लोग ये भी कह रहे हैं कि कणक की हालत इन्नी खराब है कि जानवर को भी पाउन का दिल नहीं करता क्योंकि इनू खाने नाल जानवर भी बीमार होंगे इंसान कि खा सकते हैं। सो ये बरनाला तो तुहानू खबर दिखा रहे हैं जिथे खराब कणक नू लैके वड्डा हंगामा होया लोकां दे वलों जम के नारेबाजी की गई। होर जानकारी दे लई तुसी देखते रहो प्रो पंजाब TV।